ਜਵਾਬ ਹੀ ਆਇਆ ਹੋਇਆ ਉਹ ਧੰਨਵਾਦ ਆ ਜਿਹੜੇ ਭੱਟੇ ਭਰਾ ਵਾ ਉੱਥੇ ਲੋਕੀ ਲੋਕੀ ਪਿਆਰ ਕਰਦੇ ਆ ਕੁੜੀਆਂ ਚੋਰੀਆਂ ਬਿਲਕੁਲ ਕਹਿੰਦੇ ਕਬੱਡੀ 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 ਸ਼ਹੀਦ ਸ਼ਾਮ ਸਿੰਘ ਅਟਾਰੀ ਦੀ ਗੱਲ ਹੁੰਦੀ ਹੈ ਮੇਰੇ ਵੀਰੋ ਉਹਨਾਂ ਦੀ ਅਗਵਾਈ ਦੇ ਵਿੱਚ ਤੇ ਮੇਰੇ ਵੀਰੋ ਜੰਗ ਲੜੀ ਗਈ ਆਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ 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 ਆਹ ਕਰਵੰਤ ਸਿੰਘ ਦਾ ਪੁੱਤਰ ਹੈ ਜੋਗੇ ਵਾਲੀਏ ਦਾ ਖੇਡ ਮੈਦਾਨ ਅੰਦਰ ਉਹ ਸਪਰੇ ਗਰਾਊਂਡ ਦੇ ਵਿੱਚ ਜ਼ਰੂਰ ਭੱਜੀ ਕਰਦੇ ਹੋ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਤੋਂ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਯੁਵਕ ਸਭਾ ਕਲੱਬ ਵੱਲੋਂ ਜਿਹੜੇ ਮੈਚ ਕਰਾਏ ਗਏ ਸੀ ਕੱਲ੍ਹ ਓਪਨ ਦੇ ਮੁਕਾਬਲੇ ਹੋਏ ਨੇ। ਅੱਜ ਅਕੈਡਮੀਆਂ ਦੇ 8 ਟੀਮਾਂ ਦੇ ਮੈਚ ਨੇ ਜਿਹਦੇ ਵਿੱਚ ਪੰਜਾਬ ਦੇ ਉੱਚ ਕੋਟੀ ਦੇ ਖਿਡਾਰੀ ਜਿੰਨੇ ਨਾਮਵਾਰ ਖਿਡਾਰੀ ਆ ਉਹ ਸਾਰੇ ਪਹੁੰਚੇ ਨੇ। ਗੋਪੀ ਫਰੰਦੀ ਪੁਰੀਏ ਵਰਗੇ, ਦੁੱਲੇ ਵਰਗੇ, ਪਾਲੇ ਵਰਗੇ ਸਾਰੇ ਖਿਡਾਰੀ ਇੱਥੇ ਪਹੁੰਚੇ ਨੇ। ਉਹਨਾਂ ਦੇ ਵਿੱਚ ਜਿਹੜਾ ਅੱਜ ਦੇ ਮੁਕਾਬਲੇ ਦਾ ਪਹਿਲਾ ਨਾਮ ਹੈ ਉਹ ਸਰਦਾਰ ਜਗਜੀਤ ਸਿੰਘ ਅਮੈਰੀਕਾ ਵਾਲੇ ਪਿੰਡ ਜੱਟਾਂ ਵਾਲੀ ਤੋਂ ਉਹਨਾਂ ਵੱਲੋਂ ਦਿੱਤਾ ਜਾਣਾ ਹੈ। ਅਤੇ ਜਿਹੜਾ ਸੈਕਿੰਡ ਪ੍ਰਾਈਜ਼ ਆ ਦੂਸਰਾ ਨਾਮ ਆ ਉਹ ਮੇਰੇ ਨਾਲ ਖੜੇ ਨੇ ਸਾਡੇ ਸਤਿਕਾਰਯੋਗ ਵੀਰ ਸਰਦਾਰ ਕੁਲਦੀਪ ਸਿੰਘ ਜੀ ਸੰਧੂ ਚਿਰਾਗ ਵਾਲੀ ਹਸਮਤ ਵਾਲੇ ਤੋਂ ਸਮਾਰਟ ਟੈਕ ਕੰਪਨੀ ਮੱਲਾਂ ਵਾਲਾ ਇਮੀਗ੍ਰੇਸ਼ਨ ਤੱਕ ਕੰਮ ਕਰਦੇ ਨੇ। ਇਹਨਾਂ ਵੱਲੋਂ ਜਿਹੜੀ ਆ ਦੂਜੇ ਨਾਮ ਦੀ ਜਿਹੜੀ ਸੇਵਾ ਇਹਨਾਂ ਵੱਲੋਂ ਲਈ ਗਈ ਆ। ਬਾਕੀ ਜਿੰਨੇ ਵੀ ਸਾਡੇ ਇਲਾਕੇ ਦੇ ਨਗਰ ਦੇ NRI ਭਰਾ ਨੇ, ਇਲਾਕੇ ਦੀਆਂ ਸਤਿਕਾਰਯੋਗ ਹਸਤੀਆਂ ਨੇ, ਇਲਾਕੇ ਦੇ ਸਾਡੇ ਜਿੰਨੇ ਵੀ ਜੋ ਗੁਰਦੁਆਰਾ ਸ਼ਹੀਦ ਸ਼ਾਮ ਸਿੰਘ ਅਟਾਰੀ ਦੇ ਸ਼ਰਧਾ ਰੱਖਣ ਵਾਲੇ ਨੇ ਸਾਰਿਆਂ ਨੇ ਬੜਾ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। ਕੱਲ੍ਹ ਦੇ ਜਿਹੜੇ ਨਾਮ ਸੀਗੇ ਉਹ ਪਹਿਲਾ ਨਾਮ 41,000, ਦੂਸਰਾ 31,000, ਅੱਜ ਦਾ ਜਿਹੜਾ ਪਹਿਲਾ ਨਾਮ 1,50,000, ਦੂਸਰਾ ਜਿਹੜਾ ਨਾਮ ਉਹ 1,21,000। ਜਿਸ ਤਰ੍ਹਾਂ ਮੈਂ ਦੱਸਿਆ ਇੱਕ ਜਗਜੀਤ ਸਿੰਘ ਅਮੈਰੀਕਾ ਵੱਲੋਂ, ਦੂਜਾ ਕੁਲਦੀਪ ਸਿੰਘ ਸੰਧੂ ਵੱਲੋਂ, ਜਿਹੜੇ ਬੈਸਟ ਉਹਨੂੰ ਮੋਟਰਸਾਈਕਲ ਦਿੱਤੇ ਜਾਣੇ ਆ। ਔਰ ਬੜੇ ਵਧੀਆ ਤਰੀਕੇ ਨਾਲ ਸਾਰਾ ਹੀ ਜਿੰਨਾ ਵੀ ਸਾਡੇ ਜਿਹੜਾ ਕਲੱਬ ਆ ਸ਼ਹੀਦ ਸ਼ਾਮ ਸਿੰਘ ਅਟਾਰੀ ਯੁਵਕ ਸਭਾ ਕਲੱਬ, ਸਾਰੇ ਵੀਰਾਂ ਨੇ ਬੜੀ ਤਨਦੇਹੀ ਦੇ ਨਾਲ ਸੇਵਾ ਕੀਤੀ ਆ ਅਤੇ ਦਿਨ ਰਾਤ ਇੱਕ ਕਰਕੇ ਅਤੇ ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਔਰ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਉਹਨਾਂ ਦੇ ਸਾਥੀ ਜਿੰਨੇ ਵੀ ਇੱਥੇ ਸ਼ਹੀਦ ਹੋਏ ਨੇ ਉਹਨਾਂ ਸ਼ਹੀਦਾਂ ਦੀ ਖੁਸ਼ੀ ਲੈਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਗਈ ਆ। ਜਿੰਨੇ ਵੀ ਤੁਸੀਂ ਆਏ ਹੋ ਖਿਡਾਰੀ ਵੀਰ, ਇਲਾਕੇ ਦੀ ਸੰਗਤ, ਪਤਵੰਤੇ ਸੱਜਣ, NRI ਭਰਾ, ਉਹਨਾਂ ਦੇ ਪਰਿਵਾਰ, ਪ੍ਰੈਸ ਵਾਲੇ ਵੀਰ, ਜਿੰਨੇ ਵੀ ਸਾਰੇ ਪਹੁੰਚੇ ਨੇ, ਸਾਰਿਆਂ ਨੂੰ ਸ਼ਹੀਦ ਸ਼ਾਮ ਸਿੰਘ ਅਟਾਰੀ ਯੁਵਕ ਸਭਾ ਕਲੱਬ ਦੇ ਸੇਵਾਦਾਰਾਂ ਵੱਲੋਂ ਜੀ ਆਇਆਂ ਨੂੰ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਯੁਵਕ ਸਭਾ ਕਲੱਬ ਫਤਿਹਗੜ੍ਹ ਸਭਰਾ ਦੇ ਸਾਰੇ ਪਤਵੰਤੇ ਸੱਜਣਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ, ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਕਬੱਡੀ ਕੱਪ ਕਰਵਾਇਆ ਜਾ ਰਿਹਾ। ਔਰ ਪਰਮਾਤਮਾ ਦੀ ਕਿਰਪਾ ਕਹਿ ਲਈਏ ਜਾਂ ਇਹ ਪਤਵੰਤੇ ਸੱਜਣਾਂ ਦੀ ਦੇਣ ਕਹਿ ਲਈਏ, ਇਸ ਜਿਹੜੇ ਦੂਜੇ ਨਾਮ ਦੀ ਜਿਹੜੀ ਮਤਲਬ ਸੇਵਾ ਹੈ ਉਹ ਸਾਡੇ ਤੋਂ ਲਈ ਗਈ ਹੈ ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦੇ। ਔਰ ਧੰਨਵਾਦ ਕਰਦੇ ਹਾਂ ਸ਼ਾਮ ਸਿੰਘ ਅਟਾਰੀ
ਟਾਰੀ ਦੀ ਤੇ ਫਤਿਹਗੜ੍ਹ ਸਭਰਾ ਦੇ ਸਾਰੇ ਇਲਾਕਾ ਸੰਗਤਾਂ ਦਾ। ਧੰਨਵਾਦ ਜੀ। ਸਾਰੇ ਹੀ ਸਤਿਕਾਰਯੋਗ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ 30ਵਾਂ ਸਾਲਾਨਾ ਜੋੜ ਮੇਲਾ ਜਿਹੜਾ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਯੁਵਕ ਸੇਵਾਵਾਂ ਕਲੱਬ ਫਤਿਹਗੜ੍ਹ ਸਭਰਾ ਵੱਲੋਂ ਕਰਵਾਇਆ ਜਾ ਰਿਹਾ, ਜਿਸ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਭਰਾ ਚੇਅਰਮੈਨ ਹਰਭਜਨ ਸਿੰਘ ਸਭਰਾ, ਸਰਦਾਰ ਮੇਹਰ ਸਿੰਘ ਚੇਅਰਮੈਨ ਸਾਹਿਬ ਅਤੇ ਸਰਦਾਰ ਕੁਲਦੀਪ ਸਿੰਘ ਚਿਰਾਗ ਵਾਲੀ ਇਮੀਗ੍ਰੇਸ਼ਨ ਵਾਲੇ ਅਤੇ ਦਾਸ ਕੁਲਦੀਪ ਸਿੰਘ ਸਰਪੰਚ ਸਸਤੇ ਵਾਲੀ, ਅੱਜ ਸਾਰਿਆਂ ਦੇ ਨਾਲ ਵੀਰਾਂ ਦੇ ਨਾਲ ਇਕੱਠੇ ਇੱਥੇ ਪਹੁੰਚੇ ਹਾਂ ਔਰ ਇਹ ਟੂਰਨਾਮੈਂਟ ਵੇਖਿਆ। ਬੜੇ ਬੜੇ ਚੰਗੇ ਚੰਗੇ ਖਿਡਾਰੀ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਆ ਔਰ ਸੇਧ ਦੇ ਰਹੇ ਨੌਜਵਾਨੀ ਨੂੰ ਕਿ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚੋਂ ਆਪਾਂ ਨਿਕਲ ਕੇ ਖੇਡਾਂ ਦੇ ਵੱਲ ਆਈਏ ਅਤੇ ਆਪਾਂ ਇੱਕ ਪੰਜਾਬ ਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢੀਏ। ਇਹ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਜਿਸ ਦੇ ਵਿੱਚ ਬੜੇ ਵੱਡੇ ਵੱਡੇ ਇਨਾਮ ਦਿੱਤੇ ਜਾ ਰਹੇ ਆ, ਬੈਸਟ ਰੇਡਰਾਂ ਨੂੰ, ਜਾਫੀਆਂ ਨੂੰ, ਮੋਟਰਸਾਈਕਲ ਅਤੇ ਵੱਡੇ ਗੱਡੀਆਂ ਤੱਕ। ਪਹਿਲਾ ਇਨਾਮ 1,51,000 ਔਰ ਦੂਸਰਾ ਇਨਾਮ ਜਿਹੜਾ 1,21,000 ਦੇਣਾ, ਇੱਕ ਬੜਾ ਵੱਡੇ ਇਲਾਕੇ ਲਈ ਔਰ ਪੂਰੇ ਹਲਕੇ ਲਈ ਸਾਡੇ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਚੰਗੇ ਖਿਡਾਰੀਆਂ ਦਾ ਜਿਹੜਾ ਮਾਣ ਹੈ ਯੁਵਕ ਸੇਵਾਵਾਂ ਕਲੱਬ ਫਤਿਹਗੜ੍ਹ ਸਭਰਾ ਅਤੇ ਮੇਰਾ ਭਰਾ ਹਰਭਜਨ ਸਿੰਘ ਸਭਰਾ, ਮੇਹਰ ਸਿੰਘ ਬਾਹਰ ਵਾਲੀ ਅਤੇ ਪੂਰੇ ਕਲੱਬ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ, ਇਹਦੇ ਲਈ ਅਸੀਂ ਬਹੁਤ, ਮੈਂ ਆਪਣੇ ਵੱਲੋਂ ਔਰ ਆਪਣੇ ਸੱਜਣਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਬੜੀ ਖੁਸ਼ੀ ਹੋਈ ਹੈ ਅੱਜ ਇਹ ਟੂਰਨਾਮੈਂਟ ਵੇਖਿਆ। ਠੀਕ ਹੈ ਜੀ, ਅੱਜ ਇੱਥੇ ਤੁਸੀਂ ਪਹੁੰਚੇ ਹੋਏ ਹੋ ਸਭਰਾਵਿਆਂ ਦੀ ਧਰਤੀ ਦੇ ਪੁੱਤਰ ਜਿਹੜੇ ਸ਼ਾਮ ਸਿੰਘ ਅਟਾਰੀ ਸ਼ਹੀਦ ਹੋਏ ਆ, ਕਬੱਡੀ ਟੂਰਨਾਮੈਂਟ ਚੱਲ ਰਿਹਾ, ਕੀ ਕਹਿਣਾ ਚਾਹੋਗੇ? ਅਸੀਂ ਇਹ ਵੀ ਸਾਡਾ ਇਸ ਸਥਾਨ ਨਾਲ ਪੁਰਾਣਾ ਮੋਹ ਪਿਆਰਾ, ਅਸੀਂ 40 ਸਾਲ ਸੰਨ 88 ਤੋਂ ਲੈ ਕੇ ਇਸ ਸਥਾਨ 'ਤੇ ਅਸੀਂ ਸੇਵਾ ਕਰਦੇ ਰਹੇ ਹਾਂ। ਸਾਨੂੰ ਜਿਹੜੇ ਟੂਰਨਾਮੈਂਟ ਦੇ ਕਲੱਬ ਦੇ ਪ੍ਰਧਾਨ ਆ ਜੋ ਟੂਰਨਾਮੈਂਟ ਕਰਾ ਰਹੇ ਆ, ਸਾਨੂੰ ਉਹਨਾਂ ਨੇ ਇਸ ਸਥਾਨ 'ਤੇ ਬੁਲਾਇਆ ਵਾ ਕਿ ਬਾਬਾ ਜੀ ਤੁਸੀਂ ਅੱਜ ਦੇ ਦਿਨ ਟੂਰਨਾਮੈਂਟ 'ਚ ਹਾਜ਼ਰੀ ਭਰਦੇ। ਮਹਾਂਪੁਰਖ ਜਿਸ ਤਰ੍ਹਾਂ 10 ਦਿਨ ਦੇ ਦੀਵਾਨ ਚੱਲਦੇ ਆ, ਕਬੱਡੀ ਟੂਰਨਾਮੈਂਟ ਚੱਲਦੇ ਆ, ਖੂਨਦਾਨ ਕੈਂਪ ਲੱਗਦੇ ਆ, ਚੈੱਕਅਪ ਕੈਂਪ ਲੱਗਦੇ ਆ, ਇਸ ਉਪਰਾਲੇ ਬਾਰੇ ਜਾਂ ਜਿਹੜਾ ਸੰਗਤ ਦਾ ਉਤਸ਼ਾਹ ਹੈ ਜਾਂ ਇਲਾਕੇ ਦਾ ਉਤਸ਼ਾਹ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਵੇਖੋ ਜੀ, ਸਰਦਾਰ ਸ਼ਾਮ ਸਿੰਘ ਅਟਾਰੀ ਦਾ ਸਥਾਨ ਆ, ਇੱਥੇ ਟੂਰਨਾਮੈਂਟ ਹੋਇਆ, 10 ਦੀਵਾਨ ਚੱਲੇ ਆ, ਚੰਗੇ ਚੰਗੇ ਬੁਲਾਰੇ ਆਏ ਆ, ਚੰਗੇ ਚੰਗੇ ਕਮਿਸ਼ਨਰ ਆਏ ਆ, ਚੰਗੇ ਚੰਗੇ ਢਾਡੀ ਆਏ ਆ, ਬਹੁਤ ਵਧੀਆ ਇਲਾਕੇ ਦੀ ਸੰਗਤ, ਰਾਤ ਨੂੰ 11-11 ਤੀਕਰ ਸੰਗਤ ਨੇ ਸੇਵਾ ਕੀਤੀ ਆ, ਹੱਥੀਂ ਸੇਵਾ ਕੀਤੀ ਕਿ ਭਾਂਡਾ ਮਾਂਜਿਆ, ਕਿ ਕੁਛ ਕੀਤਾ। ਇਹ 10 ਦੀਵਾਨ ਅੱਜ 9ਵਾਂ ਦੀਵਾਨ ਆ, ਭਲਕੇ 10ਵੇਂ ਨੂੰ ਭੋਗ ਪੈਣਾ ਵਾ। 25-30 ਪਿੰਡਾਂ ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਕੁਰਬਾਨੀ ਕੀਤੀ ਆ, ਉਹਦੀ ਕੁਰਬਾਨੀ ਦੇ ਮੁੱਲ ਨੂੰ ਅੱਜ ਸੰਗਤ ਆਈ ਆ। ਇਹ ਟੂਰਨਾਮੈਂਟ 30ਵਾਂ ਟੂਰਨਾਮੈਂਟ ਹੋ ਗਿਆ, 30 ਸਾਲ ਹੋ ਗਏ ਆ ਇਹ ਟੂਰਨਾਮੈਂਟ ਨੂੰ, 30 ਸਾਲ ਹਰ ਸਾਲ ਇਹ ਟੂਰਨਾਮੈਂਟ ਬਹੁਤ ਵੱਡੇ ਤੋਂ ਵੱਡਾ ਹੁੰਦਾ, ਬਹੁਤ ਇਲਾਕੇ ਦੇ ਮੁੰਡੇ ਟੂਰਨਾਮੈਂਟ, ਕੋਈ ਕਸਰ ਨਹੀਂ ਇੱਥੇ, ਕੋਈ ਲੰਗਰ ਦੀ ਕਮੀ ਨਹੀਂ, ਕੋਈ ਇੱਥੇ ਸੇਵਾ ਦੀ ਕਮੀ ਨਹੀਂ, ਬਹੁਤ ਇੱਥੇ ਬਿਲਡਿੰਗਾਂ ਬਣੀਆਂ ਵਾ, ਬਹੁਤ ਹਾਲ ਬਣੇ ਆ, ਕੋਈ ਕਸਰ ਨਹੀਂ ਇੱਥੇ ਹੈਗੀ। ਪਲਵਾਨ ਇਹ ਪਲੇਅਰ ਇਹ ਘਰ ਦੀਆਂ ਮੁੰਡੇ ਨੇ ਦੁਨੀਆਂ ਦੇ ਵਿੱਚ ਬਹਿਰਾ ਬਹਿਰਾ ਕਰਵਾਈ ਹੈ। ਅੱਜ ਸਰਦਾਰ ਸੁੱਚਾ ਸਿੰਘ ਭੁੱਲਰ ਦੇ ਪੁੱਤਰ ਦਾ ਵੱਡੀ ਗੱਡੀ ਨਾਲ ਵੱਡੇ ਪੱਧਰ ਤੇ ਜਿਹੜਾ ਸਨਮਾਨ ਹੈ ਉਹ ਕੀਤਾ ਜਾਵੇਗਾ। ਔਰ ਜਿਹੜੀਆਂ ਟੀਮਾਂ ਨੇ ਜੋ ਪਹਿਲੇ ਸੈਮੀਫਾਈਨਲ ਦੀਆਂ ਗਰਾਊਂਡ ਦੇ ਵਿੱਚ ਆ ਜਾਣਾ, ਭੁੱਲਰ
ਨਾਲ ਹੀ ਕੀਤਾ ਯੋਗੇੜੀਆ ਵੀਰ ਸਾਹਿਬ ਉਹਦਾ ਵੀ ਸਨਮਾਨ ਕੀਤਾ ਜਾਵੇਗਾ। ਇੱਧਰ ਸਤਿਕਾਰ ਦੇ ਯੋਗ ਸਾਡਾ ਵੀ ਦਵਿੰਦਰ ਮਿਹਨਤ ਕੀਤੀ ਹੈ ਤੇ ਮਿਹਨਤ ਕਰਕੇ ਆਹ ਪੱਟਾ ਸਨਮਾਨ ਜਿਹੜਾ ਹੈ ਉਹ ਸਨਮਾਨ ਬਹੁਤ ਔਖੇ ਮਿਲਦੇ ਹੈ। ਇਹ ਪਹਿਲੇ ਕਿਸ ਫਟਿਆ ਹੈ ਪਲੇਅਰ ਪੈਦਾ ਕਰਦੇ ਬਹੁਤ ਔਖੇ ਹੈ, ਪ੍ਰਧਾਨ ਪੈਦਾ ਕਰਦੇ ਬਹੁਤ ਔਖੇ ਹੈ। ਆਹ ਸਾਡੇ ਵੀਰ ਹਰ ਸਰਪੰਚ ਜੋਗੇੜੀਆ ਇਹ ਜੋਗੇੜੀਏ ਹਰ ਸਰਪੰਚ ਦਾ ਇੱਕ ਸੁਪਨਾ ਸੀਗਾ ਕਿ ਆਪਾਂ ਆਪਣੇ ਭਰਾ ਨੂੰ ਗੱਡੀ ਦੇ ਕੇ ਸਨਮਾਨ ਕਰ ਕਾਹੂ ਜੀ ਦਾ ਜਿਹਨਾਂ ਨੇ ਕਹਿੰਦੇ ਸਾਰੇ ਭਰਾਵਾਂ ਨੇ ਜੋਗੇ ਵਾਲੀਆਂ ਨੇ ਮਾਣ ਕੀਤਾ ਜੀ, ਬਹੁਤ ਬੜੀ ਖੁਸ਼ੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 9 ਫਰਵਰੀ ਤਕਰੀਬਨ ਸ਼ਾਮ ਦੇ 5:30 ਵੱਜ ਚੁੱਕੇ ਆ। ਮਹਾਨ ਸ਼ਹੀਦ ਦੁਨੀਆਂ ਦੇ ਮਹਾਨ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਅੱਜ 9 ਤਰੀਕ ਸ਼ਾਮ ਨੂੰ ਜਿਹੜਾ ਕਬੱਡੀ ਟੂਰਨਾਮੈਂਟ ਚੱਲਦੇ ਆ ਇੱਥੇ ਤਕਰੀਬ 8-9 ਜਿਹੜੀਆਂ ਟੀਮਾਂ ਇੱਥੇ ਕਲੱਬ ਪਹੁੰਚ ਚੁੱਕੇ ਹਨ। ਤੁਸੀਂ ਲਾਈਵ ਦ੍ਰਿਸ਼ ਦੇਖ ਸਕਦੇ ਹੋ ਜਿਹੜਾ ਅੱਜ ਤਾਂ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਇੱਥੇ ਯੁਵਕ ਸਵਾਮ ਕਲੱਬ ਜਿਹੜਾ ਬਾਬਾ ਸ਼ਾਮ ਸਿੰਘ ਅਟਾਰੀ ਕਲੱਬ ਵੱਲੋਂ ਜਿਹੜਾ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ। ਇਸ ਟਾਈਮ ਗਰਾਊਂਡ ਦੇ ਵਿੱਚ ਪੂਰੀਆਂ ਰੌਣਕਾਂ ਨੇ, ਦਰਸ਼ਕਾਂ ਦੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜੇ ਵੱਡੇ ਵੱਡੇ ਕੱਪ ਪਾਏ ਹੋਏ ਆ। ਇੱਧਰ ਨੌਜਵਾਨ ਇੱਕ ਕਬੱਡੀ ਖਿਡਾਰੀ ਨੂੰ ਪਲੇਅਰ ਨੂੰ ਇੱਕ ਨਵੀਂ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ। ਬੜਾ ਵਧੀਆ ਦਿਲਕਸ਼ ਨਜ਼ਾਰਾ ਇਸ ਟਾਈਮ ਛਾਵਾਂ ਪੈ ਚੁੱਕੀਆਂ ਹਨ। ਵੱਖ ਵੱਖ ਟੀਮਾਂ ਦੇ ਜਿਹੜੇ ਮੈਚ ਚੱਲ ਰਹੇ ਆ ਅਸੀਂ ਤੁਹਾਨੂੰ ਵੀਡੀਓ ਵਿਖਾਵਾਂਗੇ, ਲਾਈਵ ਦ੍ਰਿਸ਼ ਵਿਖਾਵਾਂਗੇ। ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇਖਣਾ, ਚੈਨਲ ਨੂੰ ਸਾਡੀ ਧਰਤੀ ਸਾਡੇ ਲੋਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।